ਸਰ ਜਿਸ ਤਰ੍ਹਾਂ ਕਿ ਹੁਣ ਕਾਫੀ ਦਿਨਾਂ ਦੇ ਲੋਕਡਾਊਨ ਦੇ ਚੱਲਣ ਤੋਂ ਬਾਅਦ ਇਹ ਬਿਜਲੀ ਬੋਰਡ ਦੇ ਕੰਮੇ ਵੀ ਜਿਹੜੇ ਹੈ ਹੁਣ ਫਰੰਟ ਲਾਈਨ ਤੇ ਆ ਕੇ ਕੰਮ ਕਰਨਗੇ, ਉਹਨੂੰ ਕਿਸ ਤਰ੍ਹਾਂ ਸੁਚਾਰੂ ਢੰਗ ਨਾਲ ਚਲਾਇਆ ਜਾਵੇ? ਹਾਂ ਬਿਲਕੁਲ, ਅਸੀਂ ਆਲਰੇਡੀ ਵੈਸੇ ਤਾਂ ਲੋਕਡਾਊਨ ਦੇ ਵਿੱਚ ਜਿਸ ਤੱਕ ਬਿਜਲੀ ਸਪਲਾਈ ਦਾ ਸਵੱਧ ਹੈ, ਸਾਡੇ ਜਿਹੜੇ ਟੈਕਨੀਕਲ ਕੰਮ ਹੈ ਉਹ ਤਾਂ ਪਹਿਲਾਂ ਹੀ ਲੋਕਡਾਊਨ ਦੇ ਵਿੱਚ ਉਹ 24 ਘੰਟੇ ਡਿਊਟੀ 'ਤੇ ਰਹੇ ਨੇ। ਆਲਰੇਡੀ ਉਹਨਾਂ ਨੇ ਸਾਰੇ ਪੰਜਾਬ ਦੇ ਵਿੱਚ, ਭਾਵੇਂ ਉਹ ਕੁਆਰੰਟਾਈਨ ਸੈਂਟਰ ਹੈ ਜਾਂ ਹੋਸਪਿਟਲ ਹੈ ਜਾਂ ਖੇਤੀਬਾੜੀ ਹੈ ਜਾਂ ਘਰੇਲੂ ਜੋ ਬਿਜਲੀ ਹੈ ਉਹਨੂੰ ਲਗਾਤਾਰ ਮੇਨਟੇਨ ਕੀਤਾ ਹੈ, ਭਾਵੇਂ ਹਨੇਰੀਆਂ ਆਈਆਂ, ਝੱਖੜ ਆਏ ਨੇ, ਮੀਂਹ ਵੀ ਆਇਆ ਉਸ ਫੀਲਡ ਦੇ ਵਿੱਚ। ਅਤੇ ਆਲਰੇਡੀ ਸਾਡੇ ਜਿਹੜੇ ਉਹ ਟੈਕਨੀਕਲ ਕੰਮ ਆ ਤਾਂ ਉਸ ਸਮੇਂ ਦੇ ਵਿੱਚ ਪਹਿਲਾਂ ਵੀ ਉਹ ਚੱਲ ਰਹੇ ਸੀਗੇ, ਔਰ ਹੁਣ ਜਿਹੜਾ ਹੈ ਜੋ ਕਿ ਆਉਣ ਵਾਲਾ ਪੈਡੀ ਸੀਜ਼ਨ ਹੈ ਉਹਦੀ ਤਿਆਰੀ ਦੇ ਲਈ, ਕਿਉਂਕਿ ਕਿਸਾਨਾਂ ਨੂੰ ਔਰ ਗਰਮੀ ਕਰਕੇ ਜਿਹੜੀ ਆ ਉਹਦੀ ਮੰਗ ਵਧਣੀ ਹੈ, ਔਰ ਉਹਦੀ ਤਿਆਰੀ ਦੇ ਲਈ ਔਰ ਜੋ ਅਸੀਂ ਤਿਆਰੀਆਂ ਕਰਨੀਆਂ ਉਹਦੇ ਲਈ ਸਮਾਨ ਖਰੀਦਣਾ ਜਾਂ ਬਿਜਲੀ ਦਾ ਪ੍ਰਬੰਧ ਕਰਨਾ, ਉਹਦੇ ਲਈ ਅਸੀਂ ਜ਼ਰੂਰੀ ਕੰਮਾਂ ਦੇ ਲਈ ਦਫ਼ਤਰ ਹੈ ਜਿਹੜੇ ਖੁੱਲ੍ਹੇ ਆ, ਉਸਦੇ ਨਾਲ ਹੀ ਤਾਂ ਕਿ ਲੋਕਾਂ ਦੇ ਬੜੇ ਲੰਬੇ ਸਮੇਂ ਦੇ ਬਿੱਲ ਇਕੱਠੇ ਨਾ ਹੋ ਜਾਣ, ਬਾਅਦ ਦੇ ਵਿੱਚ ਤਾਰਨੇ ਬੜੇ ਔਖੇ ਹੋਣੇ ਆ। ਉਹਦੇ ਲਈ ਮਾਨਯੋਗ ਸੀਐਮ ਸਾਹਿਬ ਨੇ ਜਿਹੜਾ ਹੈ ਕੱਲ੍ਹ ਫੈਸਲਾ ਕੀਤਾ ਕਿ ਅੱਜ 8 ਤਰੀਕ ਤੋਂ ਜਿਹੜੇ ਆ ਉਹ ਸਾਡੇ ਕੈਸ਼ ਕਲੈਕਸ਼ਨ ਸੈਂਟਰ ਔਰ ਨਾਲ ਹੀ ਜੋ ਮੀਟਰ ਰੀਡਿੰਗ ਹੈ ਜਿਹੜੇ ਬਿੱਲ ਆ ਉਹ ਐਵਰੇਜ ਦੇ ਆਧਾਰ 'ਤੇ ਭੇਜੇ ਜਾ ਰਹੇ ਸੀ ਲੋਕਡਾਊਨ ਦੇ ਵਿੱਚ, ਉਹਨਾਂ ਨੂੰ ਰੀਡਿੰਗ ਦੇ ਹਿਸਾਬ ਨਾਲ ਭੇਜਣ ਲਈ ਉਹ ਰੀਡਿੰਗ ਜਿਹੜੀ ਆ ਸ਼ੁਰੂ ਕੀਤੀ ਗਈ ਹੈ, ਔਰ ਇਸ ਦੇ ਨਾਲ ਹੀ ਜੋ ਕਿਸੇ ਦੇ ਮੀਟਰ ਵਗੈਰਾ ਖਰਾਬ ਨੇ ਉਹਨਾਂ ਨੂੰ ਠੀਕ ਕਰਨ ਦੇ ਲਈ ਅਸੀਂ ਸਾਰੇ ਸਟਾਫ ਨੂੰ ਔਰ ਸਾਰੇ ਫੀਲਡ ਦੇ ਵਿੱਚ ਜਿਹੜੀਆਂ ਹਦਾਇਤਾਂ ਦੇ ਦਿੱਤੀਆਂ ਨੇ, ਔਰ ਮੈਂ ਅੱਜ ਆਪ ਖੁਦ ਜਿਹੜੀ ਇਕੱਲੇ ਇਕੱਲੇ ਔਫਿਸ ਤੋਂ ਰਿਪੋਰਟ ਲਈ ਹੈ ਅਤੇ ਬੜੇ ਸੁਚਾਰੂ ਢੰਗ ਨਾਲ ਕੈਸ਼ ਕਾਊਂਟਰਾਂ ਦੇ ਉੱਤੇ ਔਰ ਬਾਕੀ ਜਗ੍ਹਾ ਅਸੀਂ ਕੰਮ ਚੱਲ ਰਿਹਾ ਹੈ, ਔਰ ਉਹਦੇ ਨਾਲ ਹੀ ਜੋ ਸਾਰੇ ਉਹਨਾਂ ਨੂੰ ਸੈਨੇਟਾਈਜ਼ਰ ਜੋ ਵੀ ਸੇਫਟੀ ਸਿਸਟਮ ਚਾਹੀਦਾ ਸਾਡੇ ਸਟਾਫ ਨੂੰ ਉਹ ਅਸੀਂ ਉਹਨਾਂ ਨੂੰ ਦਿੱਤਾ ਹੋਇਆ। ਸਰ ਇੱਕ ਨਾ ਪਿੱਛੇ ਜੇ ਗੱਲ ਬਹੁਤ ਜ਼ਿਆਦਾ ਅੱਗੇ ਆ ਰਹੀ ਸੀ ਕਿ ਸ਼ਾਇਦ ਐਵਰੇਜ ਬਿੱਲ ਆਉਣਗੇ, ਪਰ ਤੁਸੀਂ ਕਹਿ ਰਹੇ ਹੋ ਰੀਡਿੰਗ ਦੇ ਬਿੱਲ ਆਉਣਗੇ, ਸੋ ਐਵਰੇਜ ਬਿੱਲ ਨਹੀਂ ਆ ਕੇ ਰੀਡਿੰਗ ਦੇ ਬਿੱਲ ਤੇ ਜਾਣਗੇ? ਹਾਂ ਬਿਲਕੁਲ, ਇੱਕ ਤਾਂ ਮੈਂ ਐਵਰੇਜ ਦੇ ਬਿੱਲਾਂ ਬਾਰੇ ਵੀ ਬੜੀ ਕਲੈਰਿਟੀ ਕਰ ਦਿਆਂ, ਉਹ ਇੱਕ ਤਾਂ ਹੈ ਕਿ ਜਿਹੜੇ ਐਵਰੇਜ ਦੇ ਬਿੱਲ, ਪਹਿਲੀ ਗੱਲ ਤਾਂ ਅਸੀਂ ਜੋ ਇੰਡਸਟਰੀ ਸੀ ਸਮਾਲ ਪਾਵਰ ਜਾਂ ਦੂਸਰੀ ਮੀਡੀਅਮ ਸਪਲਾਈ ਲਾਰਜ ਸਪਲਾਈ ਉਹਨਾਂ ਨੂੰ ਅਸੀਂ ਰੀਡਿੰਗਾਂ ਦੇ ਕੇ ਬਿੱਲ ਭੇਜਣੇ ਸੀ, ਤਾਂ ਸੀ ਐਮ ਸਾਹਿਬ ਨੇ ਔਡਰ ਕੀਤਾ ਸੀ ਔਰ ਇਸ ਤਰ੍ਹਾਂ ਬਿੱਲ ਭੇਜੇ ਆ। ਸਿਰਫ ਘਰੇਲੂ ਖਪਤਕਾਰਾਂ ਨੂੰ ਜਿਹੜੇ ਐਵਰੇਜ ਦੇ ਆਧਾਰ 'ਤੇ ਬਿੱਲ ਭੇਜੇ ਸੀ, ਔਰ ਜਿਹੜੇ ਕਮਰਸ਼ੀਅਲ ਨੇ ਕਿਉਂਕਿ ਉਹ ਬੰਦ ਸੀਗੇ ਔਰ ਸਮਾਲ ਪਾਵਰ ਵਾਲੇ ਉਹ ਵੀ ਬੰਦ ਸੀਗੇ, ਉਹਨਾਂ ਨੂੰ ਅਸੀਂ ਸਿਰਫ 20% ਜਾਂ 40% ਦੇ ਆਧਾਰ ਦੇ ਉੱਤੇ, ਜਿਹਨਾਂ ਦਾ 2 ਮਹੀਨਿਆਂ ਦਾ ਬਿੱਲ ਸੀ ਉਹਨਾਂ ਨੂੰ 40% ਦੇ ਹਿਸਾਬ ਨਾਲ, ਔਰ ਜਿਹਨਾਂ ਦਾ 1 ਮਹੀਨੇ ਦਾ ਬਿੱਲ ਸੀ ਉਹ 20% ਐਵਰੇਜ ਦੇ ਹਿਸਾਬ ਨਾਲ ਹੀ ਬਿੱਲ ਭੇਜੇ ਆ। ਇਸ ਤੋਂ ਇਲਾਵਾ ਮੈਂ ਇਹ ਵੀ ਕਲੈਰੀਫਾਈ ਕਰਨਾ ਚਾਹੁੰਦਾ ਕਿ ਜਿਹੜਾ ਵੀ ਕੋਈ ਐਵਰੇਜ ਦਾ ਬਿੱਲ ਚਲਾ ਗਿਆ ਉਹ ਕੋਈ ਇੱਦਾਂ ਨਹੀਂ ਕਿ ਵੱਡੇ ਖਾਤੇ ਪੈ ਗਿਆ, ਉਹ ਜਦੋਂ ਅਗਲੀ ਉਹਦੀ ਰੀਡਿੰਗ ਆਏਗੀ ਉਹ ਰੀਡਿੰਗ ਦੇ ਹਿਸਾਬ ਨਾਲ ਉਹ ਜਿਹੜੇ ਜੋ ਉਹਨੇ ਪੇਮੈਂਟ ਕੀਤੀ ਆ ਉਹਦੇ 'ਚ ਉਹ ਐਡਜਸਟਮੈਂਟ ਹੋ ਗਿਆ, ਪਰ ਹੁਣ ਅੱਗੇ ਤੋਂ ਐਵਰੇਜ ਵੀ ਬੰਦ ਕਰ ਦਿੱਤਾ ਗਿਆ, ਹੁਣ ਅਸੀਂ ਰੀਡਿੰਗ ਦੇ ਹਿਸਾਬ ਨਾਲ ਹੀ ਬਿੱਲ ਭੇਜਾਂ। ਜੀ, ਇੱਕ ਹੋਰ ਮਾਮਲਾ ਧਿਆਨ ਦੇ ਵਿੱਚ ਆਇਆ ਸੀ ਜਿਸ ਦੇ ਵਿੱਚ ਇੱਕ ਵਿਅਕਤੀ ਨੂੰ ਜੋ ਕਿ ਰਿਕਸ਼ਾ ਕੋਲ ਕਿਸੇ ਨਿੱਜੀ ਬਿੱਲ ਹੈ, ਸਾਡੇ 90 ਲੱਖ ਖਪਤਕਾਰ ਹੈ, ਮੈਂ ਇਕੱਲੇ ਇਕੱਲੇ ਬਾਰੇ ਤਾਂ ਇੱਥੇ ਨਹੀਂ ਜਾਣਦੇ, ਨਹੀਂ ਇੱਦਾਂ ਨਹੀਂ ਆ ਸਕਦਾ, ਐਵਰੇਜ ਦੇ ਕਰਕੇ ਬਿਲਕੁਲ ਹੀ ਨਹੀਂ ਆ ਸਕਦਾ, ਉਹਦੇ ਕੋਈ ਹੋਰ ਕੋਈ ਖਰਾਬੀ ਹੋਏਗੀ ਅਸੀਂ ਸਿਸਟਮ ਚੈੱਕ ਕਰ ਲਿਆ ਜਾਏਗਾ, ਕਿਸੇ ਇੰਡੀਵਿਜੁਅਲ ਬਾਰੇ ਐਡੇ ਵੱਡੇ ਫੋਰਮ ਦੇ ਉੱਤੇ ਮੇਰਾ ਖਿਆਲ ਹੈ, ਤੁਸੀਂ ਮੈਨੂੰ ਡਿਟੇਲ ਦੇ ਦਿਓ, ਅਸੀਂ ਤੁਹਾਨੂੰ ਪੂਰੀ ਦੱਸ ਦਾਂਗੇ ਕਿ ਉਹਦਾ ਐਵਰੇਜ ਦਾ ਨਹੀਂ ਇੱਦਾਂ ਆਇਆ, ਉਹਦੇ ਕੋਈ ਹੋਰ ਰੀਜ਼ਨ ਹੋਣ। ਸਰ ਜਿਹੜੇ ਕੈਸ਼ ਕਾਊਂਟਰ ਅੱਜ ਤੋਂ ਖੁੱਲ੍ਹੇ ਨੇ ਉਹ ਤਾਂ ਸਮੂਥਲੀ ਕੰਮ ਕਰ ਰਹੇ ਨੇ ਅਸੀਂ ਦੇਖ ਕੇ ਆਏ ਹਾਂ, ਹਾਂ ਬਿਲਕੁਲ, ਪਰ ਜਿਹੜੀਆਂ ਹੋਰ ਕੁਛ ਜਿਸ ਤਰ੍ਹਾਂ ਕਿਸੇ ਨੇ ਕਰੈਕਸ਼ਨ ਦਾ ਮਾਰਨਾ ਜਾਂ ਕਿਸੇ ਜਿਹੜੇ ਪੇਂਡੂ ਭੂਮਤਾਂ ਨੇ ਜੀਰੀ ਦਾ ਸੀਜ਼ਨ ਦਾ ਉਹਦੇ ਵਾਸਤੇ ਆਪਾਂ ਕੀ ਪਲੈਨ? ਨਹੀਂ ਅਸੀਂ, ਮੈਂ ਤੁਹਾਨੂੰ ਦੱਸਿਆ ਨਾ ਜਿਹੜਾ ਜੀਰੀ ਦਾ ਸੀਜ਼ਨ ਹੈ ਉਹਦੇ ਲਈ ਅਸੀਂ ਆਲਰੇਡੀ ਜੋ ਕੋਈ ਟਰਾਂਸਫਾਰਮਰ ਖਰੀਦਣੇ ਆ ਜਾਂ ਕੋਈ ਹੋਰ ਸਮਾਨ ਚਾਹੀਦਾ ਬਿਜਲੀ ਦਾ, ਅਸੀਂ ਆਲਰੇਡੀ ਪ੍ਰਬੰਧ ਕੀਤਾ ਹੋਇਆ ਵੱਖ ਵੱਖ ਸੋਰਸਾਂ ਦੇ ਵਿੱਚੋਂ ਉਹ ਮਿਲੇਗੀ ਜਿਸ ਤਰ੍ਹਾਂ ਵੀ ਸਰਕਾਰ ਦੀ ਜੋ ਡੇਟ ਆਏਗੀ। ਉਸ ਤੋਂ ਇਲਾਵਾ ਜਿਹੜੇ ਬਾਕੀ ਉਪਭੋਗਤਾ ਨੇ ਜਿਨ੍ਹਾਂ ਦਾ ਮੈਂ ਆਲਰੇਡੀ ਤੁਹਾਨੂੰ ਕਿਹਾ ਕਿ ਕੋਈ ਮੀਟਰ ਬਦਲਣ ਵਾਲਾ ਕਿਸੇ ਦਾ ਖਰਾਬ ਹੈ, ਉਹ ਸਾਡਾ ਸਿਸਟਮ ਸਾਰਾ ਸ਼ੁਰੂ ਕਰ ਦਿੱਤਾ। ਸਰ ਨਵੇਂ ਕਨੈਕਸ਼ਨ ਵੀ? ਨਵੇਂ ਕਨੈਕਸ਼ਨਾਂ ਬਾਰੇ ਅਸੀਂ ਲੋਕਡਾਊਨ ਤੋਂ ਬਾਅਦ ਉਹ ਸ਼ੁਰੂ ਕਰਾਂਗੇ। 4 ਤਰੀਕ ਜਨਾਨੀ ਰਾਤ ਨੂੰ ਕਿਸੇ ਟਰਾਂਸਫਾਰਮਰ ਤੇ ਕੰਮ ਕਰ ਰਿਹਾ ਸੀ ਤੇ ਉਹਦਾ ਕਹਿਣਾ ਇਹ ਹੈ ਉਹਦੇ ਘਰਦਿਆਂ ਦਾ ਕਾਫੀ ਗਰੀਬ ਬੰਦੇ ਆ ਕਿ ਜਿਹੜੇ ਜੇਈ ਦੀ ਗਲਤੀ ਕਰਕੇ ਉੱਥੇ ਲਾਈਟ ਦੀ ਸਪਲਾਈ ਛੱਡੀ ਗਈ ਤੇ ਉਹਦੇ ਕਰੰਟ ਲੱਗਣ ਕਰਕੇ ਗਿਰ ਗਿਆ ਇੱਕ ਰੀੜ ਦੀ ਹੱਡੀ ਤੇ ਉਹਦੇ ਕੁਛ ਮਣ ਕੇ ਟੁੱਟ ਗਏ ਜਿਹੜੇ ਨਾਲ ਜਿੰਦਰਾ ਹਸਪਤਾਲ ਹੈ। ਉਹ ਕਹਿੰਦਾ ਮੇਰੇ ਕੋਲ ਸਾਰਨੇ ਨਹੀਂ ਹੁੰਦੇ। ਨਹੀਂ ਐਸਾ ਨਹੀਂ ਹੈ ਜੀ, ਅਸੀਂ ਆਲਰੇਡੀ ਜੋ ਵੀ ਸਾਡਾ ਕੋਈ ਕੱਚਾ ਮੁਲਾਜ਼ਮ ਹੈ ਭਾਵੇਂ ਦੇ ਉਹਦੇ ਵੀ ਐਕਸੀਡੈਂਟ ਹੋ ਜਾਂਦਾ ਤਾਂ ਬਕਾਇਦਾ ਕੰਟਰੈਕਟ ਵਰਕਰ ਹੈ ਤਾਂ ਬਕਾਇਦਾ ਉਹਦੇ ਲਈ ਜੋ ਮਹਿਕਮੇ ਦੇ ਨਿਯਮਾਂ ਅਨੁਸਾਰ ਹੈ ਉਹਦੇ ਤੇ ਜੋ ਕੰਪਨਸੇਸ਼ਨ ਹੈ ਜੋ ਉਹਦਾ ਹੈ ਜੋ ਆਲਰੇਡੀ ESI ਦੇ ਵਿੱਚ ਕਵਰਡ ਹੈ ਸਾਰੇ ਕਾਨੂੰਨ ਨੇ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਂਦੀ ਹੈ। ਜਿੱਥੋਂ ਤੱਕ ਉਹਦੀ ਕੋਈ ਅਣਗਹਿਲੀ ਦੀ ਕਿਸੇ ਦਾ ਸਵਾਲ ਹੈ ਉਹਦੀ ਹਰੇਕ ਕੇਸ ਦੇ ਵਿੱਚ ਇੰਡੀਪੈਂਡੈਂਟ ਏਜੰਸੀ ਜੋ ਇਲੈਕਟ੍ਰੀਕਲ ਇੰਸਪੈਕਟਰ ਹੈ ਉਹ ਉਹਦੀ ਪੜਤਾਲ ਕਰਦਾ ਹੈ, ਜਿਹੜਾ ਵੀ ਉਹ 'ਚ ਕਸੂਰਵਾਰ ਪਾਇਆ ਜਾਂਦਾ ਉਹਨੂੰ ਸਜ਼ਾ ਮਿਲਦੀ ਹੈ। ਸਰ ਤੁਸੀਂ ਆਪਣੇ ਮਾਧਿਅਮ ਤੋਂ ਸਾਡੇ ਸਮਾਜ ਨੂੰ ਕੀ ਮੈਸੇਜ ਦੇਣਾ ਚਾਹੋਗੇ ਬਿਜਲੀ ਬੋਰਡ ਵੱਲੋਂ? ਤਾਂ ਮੈਂ ਸਾਰੇ ਜਿਹੜਾ ਹੈ ਪੰਜਾਬ ਵਾਸੀਆਂ ਨੂੰ ਇਹ ਮੈਂ ਜਿਹੜਾ ਹੈ ਮੈਸੇਜ ਦੇਣਾ ਚਾਹੂੰਗਾ ਕਿ ਜੋ ਇਹ ਮਹਾਂਮਾਰੀ ਹੈ ਇਹ ਸਾਨੂੰ ਲਾਈਟਲੀ ਨਹੀਂ ਲੈਣਾ ਚਾਹੀਦਾ, ਜੋ ਵੀ
ਆਪਣੇ ਸੈਨੇਟਾਈਜੇਸ਼ਨ ਜ਼ਰੂਰ ਕਰਕੇ ਆਪਣੇ ਹੱਥਾਂ ਨੂੰ ਵਾਰ ਵਾਰ ਸਾਫ਼ ਕਰਨ ਬਾਰੇ ਆ, ਸਾਨੂੰ ਉਹ ਸਾਰੀਆਂ ਹਦਾਇਤਾਂ ਨੂੰ ਜਿਹੜਾ ਹੈ ਪਾਲਣਾ ਕਰਨੀ ਚਾਹੀਦੀ ਹੈ। ਔਰ ਇਸ ਦੇ ਨਾਲ ਹੀ ਜੋ ਸਾਡੇ ਰੋਜ਼ਮਰ੍ਹਾ ਦੇ ਕੰਮ ਨੇ ਉਹਨਾਂ ਦੇ ਵਿੱਚ ਵੀ ਸਾਨੂੰ ਧਿਆਨ ਹੈ ਜਿਹੜਾ ਇਹ ਰੱਖਦੇ ਹੋਏ, ਇਸ ਬਿਮਾਰੀ ਦਾ ਹਮੇਸ਼ਾ ਚੇਤਾ ਰੱਖਦੇ ਹੋਏ ਕਿ ਕਿਤੇ ਵੀ ਹਾਜ਼ਰ ਹੋ ਸਕਦੀ ਹੈ, ਸਾਨੂੰ ਆਪਣੇ ਆਪ ਨੂੰ ਬਚਾਅ ਰੱਖਣਾ ਚਾਹੀਦਾ ਔਰ ਪੂਰੇ ਸਮਾਜ ਦਾ ਵੀ ਬਚਾਅ ਰੱਖਣਾ ਚਾਹੀਦਾ। ਔਰ ਦੂਸਰਾ ਇਹ ਜਿਹੜੀ ਬਿਮਾਰੀ ਹੈ ਇਹਦੇ 'ਚ ਮਿਲ ਜੁਲ ਕੇ ਜਿਹੜਾ ਇਹ ਸਾਨੂੰ ਸਾਰਿਆਂ ਦਾ ਇੱਕ ਦੂਜੇ ਦਾ ਸਾਥ ਦੇ ਕੇ ਹੈਂਡ ਹੋਲਡਿੰਗ ਕਰਕੇ ਇਸ ਬਿਮਾਰੀ 'ਚੋਂ ਬਾਹਰ ਆਉਣਾ ਚਾਹੀਦਾ।